ਸਤਿ ਸ਼੍ਰੀ ਅਕਾਲ ਜੀ, ਰਾਮ ਰਾਮ, ਸਲਾਮ ਅਲੈਕੁਮ। ਮੈਂ ਤੁਹਾਡਾ ਆਪਣਾ ਮੱਟ ਸ਼ਿਰੋ ਵਾਲਾ। ਅੱਜ ਕੁਝ ਕੜੀਆਂ, ਸੱਚੀਆਂ, ਤਿੱਖੀਆਂ ਗੱਲਾਂ ਲੈ ਕੇ ਫਿਰ ਹਾਜ਼ਰ ਹੋਇਆ। ਕਹਿੰਦਾ ਸਮਝ ਨਹੀਂ ਆਉਂਦੀ। ਸਮਝ ਨਹੀਂ ਆਉਂਦੀ ਗਰੀਬਾਂ ਦੇ ਹੱਕ ਵਿੱਚ ਲੜਨ ਵਾਲੇ ਲੋਕ ਇੱਕਦਮ ਅਮੀਰ ਕਿਵੇਂ ਬਣ ਜਾਂਦੇ ਆ। ਸਮਝ ਨਹੀਂ ਆਉਂਦੀ ਗਰੀਬਾਂ ਦੇ ਹੱਕ ਵਿੱਚ ਲੜਨ ਵਾਲੇ ਲੋਕ ਇੱਕਦਮ ਅਮੀਰ ਕਿਵੇਂ ਬਣ ਜਾਂਦੇ ਆ। ਆ ਉੱਚ ਕੋਟੀ ਦੇ ਗੁੰਡੇ, ਬਦਮਾਸ਼ ਪਾਪ ਦੇ ਵਿੱਚ ਵਜ਼ੀਰ ਕਿਵੇਂ ਬਣ ਜਾਂਦੇ ਆ ਸਮਝ ਨਹੀਂ ਆਉਂਦੀ ਗਰੀਬਾਂ ਦੇ ਹੱਕ ਵਿੱਚ ਲੜਨ ਵਾਲੇ ਲੋਕ ਇੱਕਦਮ ਅਮੀਰ ਕਿਵੇਂ ਬਣ ਜਾਂਦੇ ਆ ਨੰਗੇ ਹੋ ਕੇ ਸਿਗਰਟਾਂ ਪੀ ਕੇ ਮਸਤ ਫਕੀਰ ਕਿਵੇਂ ਬਣ ਜਾਂਦੇ ਆ ਫਾਂਸੀ ਦੇ ਰਸੇ ਗਲ ਵਿੱਚ ਪਾਉਣ ਵਾਲਿਆਂ ਦਾ ਨਾਮੂ ਨਿਸ਼ਾਨ ਨਹੀਂ ਫਾਂਸੀ ਦੇ ਰਸੇ ਗਲ ਵਿੱਚ ਪਾਉਣ ਵਾਲਿਆਂ ਦਾ ਨਾਮੂ ਨਿਸ਼ਾਨ ਨਹੀਂ ਚਰਖਾ ਕੱਤ ਕੇ ਲੋਕ ਨੋਟਾਂ ਤੇ ਤਸਵੀਰ ਕਿਵੇਂ ਬਣ ਜਾਂਦੇ ਆ ਸਮਝ ਨਹੀਂ ਆਉਂਦੀ ਗਰੀਬਾਂ ਦੇ ਹੱਕਾਂ ਵਿੱਚ ਖੜੇ ਹੋਣ ਵਾਲੇ ਬਾਦ ਦੇ ਵਿੱਚ ਇੱਕਦਮ ਅਮੀਰ ਕਿਵੇਂ ਬਣ ਜਾਂਦੇ ਆ ਉੱਚ ਕੋਟੀ ਦੇ ਬਦਮਾਸ਼ ਗੁੰਡੇ ਬਾਦ ਦੇ ਵਿੱਚ ਵਜ਼ੀਰ ਕਿਵੇਂ ਬਣ ਜਾਂਦੇ ਆ ਸਮਝ ਨਹੀਂ ਆਉਂਦੀ ਬੋਤਿਆਂ ਦੇ تیر ਨਿਸ਼ਾਨੇ ਤੇ ਨਹੀਂ ਲੱਗਦੇ ਸਾਰੀ ਉਮਰ ਬੋਤਿਆਂ ਦੇ تیر ਨਿਸ਼ਾਨੇ ਤੇ ਨਹੀਂ ਲੱਗਦੇ ਕਈਆਂ ਦੇ ਤੁੱਕੇ ਤੀਰ ਕਿਵੇਂ ਬਣ ਜਾਂਦੇ ਆ ਸੱਚ ਦਾ ਪਤਾ ਹੋਣ ਦੇ ਬਾਵਜੂਦ ਵੀ ਲੋਕ ਮੂੰਹ ਨੂੰ ਲਾ ਲੈਂਦੇ ਆ ਤਾਲੇ ਕਿਉਂਕਿ ਸੱਚ ਕਹਿ ਵੀ ਨਹੀਂ ਹੁੰਦਾ ਤੇ ਸੱਚ ਸਹਿ ਵੀ ਨਹੀਂ ਹੁੰਦਾ ਕਿਉਂਕਿ ਕੋਈ ਕੋਈ ਹੁੰਦਾ ਸੱਚੇ ਵੱਲ ਦਾ ਫਿਰ ਮਾਫੀਆਂ ਮੰਗਾਉਣ ਮਾਫੀ ਜਦੋਂ ਆਉਂਦਾ ਨਹੀਂ ਜਵਾਬ ਕਿਸੇ ਗੱਲ ਦਾ ਹਰ ਧਰਮ ਚ ਗੁੰਡਾ ਰਾਜ ਚੱਲਦਾ ਕਹਿੰਦਾ ਸੱਚ ਦਾ ਪਤਾ ਹੋਣ ਦੇ ਬਾਵਜੂਦ ਵੀ ਮੂੰਹ ਤੇ ਕੁਝ ਲੋਕ ਲਾਲ ਲੈਂਦੇ ਆ ਤਾਲੇ ਜਿਉਂਦੇ ਜਿਹੀ ਪੱਥਰ ਦਾ ਸਰੀਰ ਕਿਵੇਂ ਬਣ ਜਾਂਦੇ ਆ ਜਿਉਂਦੇ ਜਿਹੀ ਪੱਥਰ ਦਾ ਸਰੀਰ ਕਿਵੇਂ ਬਣ ਜਾਂਦੇ ਆ ਮੱਟ ਸ਼ੇਰੋਂ ਵਾਲਿਆ ਸਰੋਤਿਆਂ ਕਰਕੇ ਨਾਂ ਬਣਦਾ ਹੈ ਮੱਟ ਛੇਰੋਂ ਵਾਲਿਆ ਜਿੰਨਾ ਸਰੋਤਿਆਂ ਕਰਕੇ ਨਾਮ ਬਣਦਾ ਓਹੀ ਸਰੋਤੇ ਸਟਾਰਾਂ ਲਈ ਬਾਅਦ ਦੇ ਵਿੱਚ ਕਤੀੜ ਕਿਵੇਂ ਬਣ ਜਾਂਦੇ ਆ ਸਮਝ ਨਹੀਂ ਆਉਂਦੀ ਸਮਝ ਨਹੀਂ ਆਉਂਦੀ ਗਰੀਬਾਂ ਦੇ ਹੱਥਾਂ ਵਿੱਚ ਲੜਨ ਵਾਲੇ ਲੋਕ ਇੱਕਦਮ ਅਮੀਰ ਕਿਵੇਂ ਬਣ ਜਾਂਦੇ ਆ ਉੱਚ ਚੋਟੀ ਦੇ ਗੁੰਡੇ ਬਦਮਾਸ਼ ਬਾਅਦ ਦੇ ਵਿੱਚ ਵਜ਼ੀਰ ਕਿਵੇਂ ਬਣ ਜਾਂਦੇ ਆ ਤਾਂ ਹੀ ਕਹਿਣਾ ਮਿੱਤਰੋ ਬਹੁਤੇ ਭੋਲੇ ਨਾ ਬਣੋ ਸਿਆਣੇ ਹੋ ਜੋ ਕਿਉਂਕਿ ਹਾਥੀ ਦੇ ਦੰਦ ਹੋਰ ਦਿਖਾਉਂਦਾ ਫਿਰਦਾ ਹੈ ਹੋਰ ਬਈ ਹਾਥੀ ਦੇ ਦੰਦ ਹੋਰ ਦਿਖਾਉਂਦਾ ਫਿਰਦਾ ਹੈ ਹੋਰ ਬਈ ਉੱਪਰੋਂ ਲੋਕੀ ਸਾਧ ਤੇ ਅੰਦਰੋਂ ਸਾਰੇ ਚੋਰ ਬਈ ਉੱਪਰੋਂ ਲੋਕੀ ਸਾਧ ਤੇ ਅੰਦਰੋਂ ਸਾਰੇ ਚੋਰ ਬਈ ਹਾਥੀ ਦੇ ਦੰਦ ਹੋਰ ਦਿਖਾਉਂਦਾ ਫਿਰਦਾ ਹੈ ਹੋਰ ਬਈ ਇੱਕ ਤੱਕੜੀ ਦੇ ਬੱਟੇ ਇੱਕ ਤੱਕੜੀ ਦੇ ਬੱਟੇ ਲੰਡੇ ਲੁੱੱਚੇ ਨੀਤਾ ਮਾੜੀਆਂ ਉਹਦੇ ਉੱਚੇ ਸਾਰੇ ਕੁਰਸੀ ਦੇ ਭੁੱਖੇ ਸਾਲੇ ਸਾਰੇ ਕੁਰਸੀ ਦੇ ਭੁੱਖੇ ਸੱਚ ਦਾ ਫਿਰਨ ਮਚਾਉਂਦੇ ਸੋਰ ਬਈ ਕਿਉਂਕਿ ਹਾਥੀ ਦੇ ਦੰਦ ਹੋਰ ਦਿਖਾਉਂਦਾ ਫਿਰਦਾ ਹੋਰ ਬਈ ਜੇ ਤੁਹਾਨੂੰ ਕਿਤੇ ਵੀ ਥੋੜਾ ਜਿਹਾ ਵੀ ਸੱਚ ਲੱਗਿਆ ਤਾਂ ਵੀਡੀਓ ਸ਼ੇਅਰ ਕਰਿਓ ਲਵ ਯੂ ਜੋਂਦੇ ਬਾਦਰ